मेरा नाम हरविंदर सिंह है ब्लॉक हमारा रामगढ़ डिस्ट्रिक्ट हमारी सांबा हम जिम्मेदार लोग हैं ओलावृष्टि से जो हमारी फसलें खराब हुई थी उसका मुआवजा है हम सभी लोगों को मिल गया है हम सरकार का मोदी सरकार का बहुत ही शुक्रिया अदा करते हैं जिन्होंने टाइम पे हम सभी ज़िम्मेदारों को जो मुआवजा है वो दिलाया है सरकार जमींदार टोटली डिपेंड ही फसल पर होता है फसल खराब हो गई ਤੋ ਸਰਕਾਰ ਨੇ ਇਨਕਾ ਹੱਥਾਂਵਾ ਇਸਕੇ ਲਈ ਹਮ ਬੜਾ ਸ਼ੁਕਰੀਆ ਸ਼ੁਕਰਗੁਜ਼ਾਰ ਹੈ ਸਰ ਮੇਰਾ ਨਾਮ ਕਰਨ ਸਿੰਘ ਪਿੰਡ ਮੇਰਾ ਸ਼ੇਖਪੁਰ ਪਲੋਟਾ ਤਸੀਰ ਰਾਮਗੜ ਡਿਸਟ੍ਰਿਕਟ ਸਾਂਭਾ ਮੈਂ ਇੱਕ ਕਿਸਾਨ ਆ ਸਾੜੀ ਮੁੰਜੀ ਦਾ ਫਸਲ ਜਿਹੜਾ ਐਨ ਕੰਨਾ ਖਰਾਬ ਹੋ ਗਿਆ ਦਾ ਔਰ ਸਾਨੂੰ ਕਿਸਾਨ ਕਿਸਾਨਾਂ ਦਾ ਜਿਹੜਾ ਸਾਰਾ ਸਲਾ ਮੁੰ ਫਸਲ ਆ ਪਰ ਹੀ ਹੁੰਦਾ ਸਾਨੂੰ ਸਰਕਾਰ ਨੇ ਜਿਹੜਾ ਮੁਆਇਵਾ ਦਿੱਤਾ ਹੈ ਸਾਡੇ ਖਾਤੇ 'ਚ ਆਇਆ ਹੈ ਇਹ ਮੋਦੀ ਸਰਕਾਰ ਦਾ ਸ਼ੁਕਰੀਆ ਕਰਨਿਆ ਜਿਹੜਾ ਕਿਸਾਨ ਨੂੰ ਥੋੜੀ-ਬਹੁਤੀ ਮਦਦ ਮਿਲੀ ਹੈ ਔਰ ਸਾਡਾ ਸਾਰਾ ਕੰਮ ਹੀ ਜਿਹੜਾ ਹੈ ਉਹ ਫਸਲ 'ਤੇ ਹੁੰਦਾ ਇਸ ਕਾਰਨ ਇਹ ਫਿਰ ਇੱਕ ਵਾਰੀ ਮੋਦੀ ਸਰਕਾਰ ਦਾ ਤਹਿ ਦਿਲ ਨਾਲ ਸ਼ੁਕਰਗੁਜ਼ਾਰਾਂ ਜੂਨੇ ਸਾਨੂੰ ਮੁਆਇਵਾ ਦਿੱਤਾ ਔਰ ਜਿਹੜਾ ਅਗਲਾ ਫਸਲ ਹੈ ਇਹੋ ਮੁਆਜਵੇ ਕਰਨਾ ਥੋੜਾ-ਬਹੁਤਾ ਉਹਦਾ ਵਕਤਾਨ ਕਰ ਸਕਦੇ ਆ